ਉਹਨਾਂ ਦੇ ਵਿੱਚ ਤਿੰਨ ਲੈਟਰਾਂ ਦੀ ਜਿਹੜੀ ਡੈਡਲਾਈਨ ਸੀਗੀ ਉਹ ਇਹ ਸੀਗੀ ਵੀ 31/7/2019 ਸੀ ਤੇ ਹੁਣ ਅੱਠਵਾਂ ਮਹੀਨਾ ਵੀ ਨਿਕਲ ਗਿਆ ਜਦ ਕਿ 31/7 ਸੀਗੀ। ਹੁਣ ਸਾਂਝਾ ਮੁਲਾਜ਼ਮ ਮੰਚ ਵੱਲੋਂ ਅਗਲੇ ਐਕਸ਼ਨਾਂ ਦੀ ਰੂਪਰੇਖਾ ਜੀ ਤਿਆਰ ਕੀਤੀ ਗਈ ਹੈ। 28 ਤਰੀਕ ਨੂੰ ਸੁਣਨ 'ਚ ਆਇਆ ਮੀਡੀਆ ਦੇ ਥਰੂ ਕਿ ਜਿਹੜੇ ਮਾਨਯੋਗ ਮੁੱਖ ਮੰਤਰੀ ਜੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ ਆਪਣੀ ਕੈਬਨਿਟ ਸਬ ਕਮੇਟੀ ਨੂੰ ਕਮੇਟੀ ਆਫ ਮਿਨਿਸਟਰ ਨੂੰ ਕਿ ਉਹ ਮੁਲਾਜ਼ਮਾਂ ਦੀ ਜਿਹੜੀ ਡਿਮਾਂਡਾਂ ਪੂਰੀਆਂ ਕਰਨ, ਲੇਕਿਨ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਅੱਜ ਦੇ ਦਿੱਤਾ ਕਿ 6 ਤਰੀਕ ਤੋਂ ਅਸੀਂ ਜਿਹੜਾ ਆਪਣੇ ਭੁੱਖ ਹੜਤਾਲ ਕਰਾਂਗੇ ਅਤੇ ਉਸ ਤੋਂ ਅੱਗੇ ਅਸੀਂ ਜਿਹੜਾ ਵਾ ਬਹੁਤ ਵੱਡਾ ਝੰਡਾ ਮਾਰਚ ਕਰਾਂਗੇ। ਜਿਵੇਂ ਅਸੀਂ ਪਹਿਲੇ 3 ਕਿਲੋਮੀਟਰ ਲੰਬਾ ਜਿਹੜਾ ਸੀਗਾ ਮਾਰਚ ਕੀਤਾ ਸੀ ਚੰਡੀਗੜ੍ਹ 'ਚ, ਉਹੀ ਮਾਰਚ ਉਵੇਂ ਹੀ ਭੁੱਖ ਹੜਤਾਲ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਕੀਤੀ ਜਾਏਗੀ। ਅਤੇ ਜੇ ਸਰਕਾਰ ਨੇ ਫਿਰ ਵੀ ਟਸ ਤੋਂ ਮਸ ਨਾ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਵਾ ਪੂਰਨ ਪੰਜਾਬ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ। ਇਹਦੇ ਲਈ ਕੋਈ ਬਹੁਤ ਸਮਾਂ ਜਿਹੜਾ ਸਰਕਾਰ ਨੂੰ ਨਹੀਂ ਦਿੱਤਾ ਜਾਏਗਾ, ਕਿਉਂਕਿ ਬਹੁਤ ਲੰਬਾ ਟਾਲ ਮਟੋਲ ਦੀ ਜਿਹੜੀ ਨੀਤੀ ਆ ਉਹ ਸਰਕਾਰ ਨੇ ਜਿਹੜੀ ਅਖਤਿਆਰ ਕੀਤੀ ਹੋਈ ਆ। ਇੱਥੇ ਬੰਦੀਆਂ ਆਪਣੇ ਤਨ ਮਨ ਧਨ ਨਾਲ ਕੁੱਟੀਆਂ ਅਤੇ ਸਰਕਾਰ ਲਈ ਬਹੁਤ ਮੁਸ਼ਕਿਲ ਹੋਏਗਾ ਪੰਜਾਬ ਨੂੰ ਚਲਾਉਣਾ, ਕਿਉਂਕਿ ਬਿਨਾਂ ਮੁਲਾਜ਼ਮਾਂ ਤੋਂ ਪੰਜਾਬ ਸਰਕਾਰ ਨਹੀਂ ਚੱਲ ਸਕਦੀ। ਇਹ ਜਿਹੜੇ ਮੁਲਾਜ਼ਮ ਆ ਰੀੜ ਦੀ ਹੱਡੀ ਆ ਸਰਕਾਰ ਦੀ। ਸੋ ਅਸੀਂ ਸਰਕਾਰ ਨੂੰ ਅੱਜ ਇੱਥੋਂ ਬੇਨਤੀ ਕਰਦੇ ਹਾਂ ਕਿ 28 ਤਰੀਕ ਤੱਕ ਜਿਹੜੀਆਂ ਸਾਡੀਆਂ ਪੈਂਡਿੰਗ ਡਿਮਾਂਡਾਂ ਉਹ ਪੂਰੀਆਂ ਕਰ ਦੇ, ਜਿਹੜਾ ਸਾਡਾ DA ਦੀਆਂ 3 ਕਿਸ਼ਤਾਂ ਅਤੇ ਏਰੀਅਰ ਆ ਉਹ ਦੇ ਦਿੱਤੀਆਂ ਜਾਣ, ਅਤੇ ਜਿਹੜਾ ਸਾਡੇ ਪਿੱਛੇ ਜਿਹੜੀ ਲੈਟਰ ਇਸ਼ੂ ਕੀਤੀ ਸੀ ਉਹਦੇ ਵਿੱਚ ਇੱਕ ਡਿਮਾਂਡ ਸੀਗੀ DCRG ਜਿਹੜੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਉਹਨੂੰ ਲਾਗੂ ਕਰ ਦਿੱਤਾ ਜਾਵੇ, ਜਿਹੜਾ ਪ੍ਰੋਬੇਸ਼ਨ ਪੀਰੀਅਡ 3 ਤੋਂ ਘਟਾ ਕੇ 2 ਸਾਲ ਕੀਤਾ ਜਾਵੇ, ਅਤੇ ਉਹਦੇ ਉੱਤੇ ਜਿੰਨਾ ਵੀ ਜਿਹੜਾ ਵਿੱਤੀ ਲਾਭ ਆ ਉਹ ਵੀ ਨਾਲ ਦਿੱਤੇ ਜਾਣ। 50 ਸਾਲ ਦੀ ਜਿਹੜੀ ਉਮਰ ਤੱਕ ਟੈਕਸ ਟੈਸਟ ਮਾਫ਼ ਕਰਨਾ ਸੀ ਸਟੈਨੋਗ੍ਰਾਫਰ ਦਾ, ਉਹ ਮੈਨੂੰ ਸੁਣਨ 'ਚ ਆਇਆ ਵੀ ਉਹ ਕਰ ਦਿੱਤਾ ਵਾ, ਸ਼ਾਇਦ ਲੈਟਰ ਇਸ਼ੂ ਹੋਣੀ ਰਹਿ ਗਈ ਆ। ਜੇ ਨਹੀਂ ਆ ਤਾਂ ਉਹ ਵੀ ਸਰਕਾਰ ਜਿਹੜਾ ਆਪਣਾ ਐਕਸ਼ਨ ਜਲਦੀ ਤੋਂ ਜਲਦੀ ਕਰ ਲਏ ਤਾਂ ਕਿ ਜਿਹੜਾ ਅਸੀਂ ਆਪਣਾ ਜਿਹੜਾ ਅਗਲਾ ਐਕਸ਼ਨ ਦੇਣਾ ਉਹਦੇ ਸੰਬੰਧੀ ਸੋਚ ਸਕੀਏ। ਅਤੇ ਜੇ ਇਹ ਡਿਮਾਂਡਾਂ ਜਿਹੜੀਆਂ ਹੁਣ ਬੋਲੀਆਂ ਗਈਆਂ ਨਹੀਂ ਪੂਰੀਆਂ ਹੁੰਦੀਆਂ ਤਾਂ ਸਾਡੇ ਜਿਹੜੇ ਅਗਲੇ ਐਕਸ਼ਨ 6 ਤਰੀਕ ਤੋਂ ਕਰ ਦਿੱਤੇ ਜਾਣਗੇ। ਔਰ ਇਹ ਵੀ ਨਾਲ ਦੀ ਨਾਲ ਜਿਹੜਾ ਵਿਚਾਰ ਕੀਤਾ ਜਾ ਰਿਹਾ ਕਿ ਲੋੜ ਪਈ ਤਾਂ 6 ਤਰੀਕ ਤੋਂ ਪਹਿਲੇ ਵੀ ਜਿਹੜੇ ਐਕਸ਼ਨ ਆ ਉਹ ਵੀ ਇਸ ਲੰਚ ਟਾਈਮ ਤੋਂ ਬਾਅਦ ਲਿਖ ਕੇ ਜਾਣਗੇ, ਉਹ ਵੀ ਕਰ ਦਿੱਤੇ ਜਾਣਗੇ। ਪੇ ਕਮਿਸ਼ਨ ਦੀ ਜਿਹੜੀ ਆ ਉਹ ਵੀ ਜਿਹੜੀ ਡਿਮਾਂਡ ਸਰਕਾਰ ਨੇ ਸਾਡੀ ਮੰਨੀ ਹੋਈ ਸੀਗੀ ਕਿ ਪੇ ਕਮਿਸ਼ਨ ਜਿਹੜਾ ਇਹ ਇਸ ਸਾਲ ਦੇ ਜਿਹੜੇ ਐਂਡ ਤੱਕ ਜਿਹੜਾ ਕਰ ਦਿੱਤਾ ਜਾਏਗਾ, ਲੇਕਿਨ ਅਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਨੂੰ ਅਸੀਂ ਜਿਹੜਾ ਅਲਟੀਮੇਟਮ ਦਿੰਦੇ ਹਾਂ ਕਿ ਜੋ ਡੇਟ ਉਹਨੇ ਦੱਸੀ ਆ ਉਦੋਂ ਤੱਕ ਜਿਹੜਾ ਇਹ ਪੇ ਕਮਿਸ਼ਨ ਜਿਹੜਾ ਉਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਦੇ ਦਿੱਤਾ।